35 ਦੀ ਇੱਕ ਟਿਕਟ ਆ, ਦੋ ਗਈਆਂ 70 ਦੀਆਂ, 10-10 ਦਾ ਕੋਲਡ ਡਰਿੰਕ, 70 ਤੇ 20 90 ਹੋ ਗਏ ਟੋਟਲ। ਪੜ ਲਾ 15 ਦੇ ਦੋ ਸਮੋਸੇ, 90 ਤੇ 15 105, 120 ਬੱਚੇ ਸਰ ਜੂ ਆਪਣਾ। ਪਾਗਲਾ ਪੜ ਲਾ, ਬਥੇਰਾ ਟਾਈਮ ਆ, ਛੁੱਟੀਆਂ ਚ ਲਾ ਲਈ ਹਿਸਾਬ, ਕੱਲ ਮੈਂ ਵੀ ਤੈਨੂੰ ਫੜਾ ਦੂ ਆਪਣੇ ਹਿੱਸੇ ਤੇ ਪੈਸੇ। ਪੌਪਕੌਰਨ ਪੌਪਕੌਰਨ ਵੀ ਤਾਂ ਖਾਣੇ ਆ, 150 ਹੋ ਜੂਗਾ ਟੋਟਲ। ਅੱਛਾ ਨਹੀਂ ਖਾਂਦੇ ਪੌਪਕੌਰਨ, ਨਹੀਂ ਖਾਂਦੇ। ਤੂੰ ਸੱਚੀ ਜਿਮੀ ਸ਼ੇਰਗਿੱਲ ਵਰਗਾ ਲੱਗਦਾ ਹੈ ਥੋੜਾ ਥੋੜਾ। ਹੋਰ ਨਹੀਂ ਕੁਝ, ਜਿਮੀ ਦਾ ਨਾ ਸਟਾਈਲ ਹੈ, ਇਹਨੂੰ ਦੇਖ ਕੇ ਤਾਂ ਐਂ ਲੱਗਦਾ ਜਿਵੇਂ ਟਿੰਡ ਕੱਢੀ ਹੋਵੇ। ਉਧਰੋਂ ਕੀ ਆ, ਪੜ ਲੈ। ਆਪਾਂ ਨੂੰ ਜੇ ਕਿਸੇ ਨੇ ਸਕੂਲ ਦੀ ਡਰੈਸ 'ਚ ਵੇਖ ਲਿਆ ਫਿਰ? ਆਪੇ ਯੂਨੀਫਾਰਮ 'ਚ ਜਾਣਾ ਹੀ ਨਹੀਂ, ਤੂੰ ਕਰ ਸੂਟ ਲੈ ਆਪਦਾ ਬੈਗ 'ਚ ਪਾ ਕੇ। ਨਾ ਮੈਂ ਫੜੀ ਜਾਊ, ਮੇਰੇ ਤੋਂ ਨਹੀਂ ਹੋਣਾ, ਮੇਰੇ ਪਰਿਵਾਰ 'ਚ ਜੀ ਪਤਾ ਕਿੰਨੇ ਆ। ਸਾਇਲੈਂਸ ਕਲਾਸ। ਮੈਂ ਆਪਦੀ ਮੰਮੀ ਦਾ ਸੂਟ ਲੈ ਆਉਂਗਾ, ਉਹ ਟਰਾਈ ਕਰ ਲਈ ਕੱਲ ਨੂੰ। ਓਕੇ ਖੁੱਲਾ, ਪਰ ਮੈਂ ਦਰਜੀ ਦਾ ਠੀਕ ਕਰਾ ਲੂੰ। ਨਹੀਂ, ਤੇਰੀ ਮੰਮੀ ਦਾ ਇਹ ਕੈਂਚੀ ਨਹੀਂ ਲਵਾਉਣੀ ਆਪਾਂ ਇਹਦੇ, ਆਈ ਠੀਕ ਆ, ਚੁੰਨੀ ਨਾਲ ਸੈੱਟ ਬਹਿ ਜੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜਿਹੜੇ ਕਹੋਗੇ ਮੈਂ ਲਾ ਦੂੰਗਾ ਜੀ। ਗੇਂਦਾ, ਰੋਜ਼, ਮੋਗਰਾ, ਰਾਜਰਾਣੀ, ਸਨਫਲਾਵਰ, ਮੈਰੀਗੋਲਡ, ਬੋਗਨਵਿਲਾ, ਚੰਪਾ, ਡੇਜ਼ੀ, ਲੀਲੀ, ਲਜਵੰਤੀ, ਬਟਰਫਲਾਈ, ਸਨਫਲਾਵਰ, ਮਿਲੀਆ, ਡੈਨੀਅਮ, ਮੰਗੋਲੀਆ, ਸੈਫਰਨ। ਉਹ ਨਾਮ ਤੋਂ ਕੀ ਕਰਨਾ ਯਾਰ ਅਸੀਂ, ਤੂੰ ਇਹ ਦੱਸ ਵੀ ਕਿੱਥੇ ਕੀ ਲਈਦਾ। ਹਾਂਜੀ, ਇਹ ਸਦਾ ਬਹਾਰ ਆ, ਇੱਕ ਵਾਰੀ ਲਾਉਣੇ ਆ, ਅਤੇ ਇਹਨਾਂ ਕਿਆਰੀਆਂ ਦੂਜੇ ਪਲਾਂਟਸ ਜਿਹੜੇ 6 ਮਹੀਨੇ ਬਾਅਦ ਬਦਲਣੇ ਪੈਣਗੇ ਮੌਸਮ ਦੇ ਹਿਸਾਬ ਨਾਲ। ਸ਼ਦੈਣ ਤਾਂ ਰੋਣ ਹੀ ਲੱਗ ਗਈ ਇੰਨੇ ਬੂਟੇ ਇਕੱਠੇ ਦੇਖ ਕੇ, ਆਹ ਤਾਂ ਹਾਲ ਹੈ ਇਹਦਾ। ਆਹ ਬਦਲਣ ਵਾਲੇ ਅੱਬ ਆਪਾਂ ਨੂੰ ਫੇਰ ਕਰਨਾ ਪੈਣਾ। ਉਹ ਤਾਂ ਕਰਨਾ ਪਊਗਾ ਜੀ, ਕੁਛ ਹੁੰਦੇ ਆ ਸਦਾ ਬਹਾਰ, ਜਿਹੜੇ ਖੜ ਗਏ ਤਾਂ ਖੜ ਗਏ, ਕੁਛ ਮੌਸਮ ਤਰ੍ਹਾਂ ਬਦਲ ਜਾਂਦੇ ਆ। ਕੀ ਹੋਇਆ, ਕੁਛ ਹੋਰ ਚਾਹੀਦਾ, ਖਰਾਬ ਹੋ ਗਏ ਬੂਟੇ? ਇਸ ਘਰ 'ਚ ਸਾਰੇ ਕਸਟਮਰ ਹੀ ਆਉਂਦੇ ਆ। ਨਹੀਂ, ਕਿਵੇਂ ਆ ਤੂੰ? ਮੈਂ ਵਧੀਆ। ਅੰਕਲ ਘਰ ਆ? ਨਹੀਂ। ਕਿੱਥੇ ਗਏ ਆ? ਰੱਬ ਕੋਲ। ਸੌਰੀ, ਮੈਨੂੰ ਪਤਾ ਨਹੀਂ ਸੀ। ਨਹੀਂ ਨਹੀਂ, ਕੋਈ ਨਹੀਂ। ਕਿੰਨਾ ਟਾਈਮ? ਬਹੁਤ ਚਿਰ ਹੋ ਗਿਆ।
ਘਰੇ ਕੌਣ ਆ? ਕੋਈ ਨਹੀਂ। ਵਾਈਫ? ਮੈਂ ਸਿੰਗਲ ਹਾਂ ਅਜੇ। ਤੇਰਾ ਵਿਆਹ ਨਹੀਂ ਹੋਇਆ? ਤਾਂ ਹੀ ਸਿੰਗਲ ਹਾਂ। ਪਰ ਕਿਉਂ? ਕੁੜੀ ਨਹੀਂ ਮਿਲੀ। ਵੈਸੇ ਆਏ ਕਿਵੇਂ ਕੁੜੀ ਨਹੀਂ ਮਿਲੀ? ਤੇਰੇ ਮੂੰਹ ਨੂੰ ਨਹੀਂ ਤੇ ਅੰਕਲ ਦੇ ਮੂੰਹ ਨੂੰ ਤੇ ਕੋਈ ਕੁੜੀ ਮਿਲ ਜਾਂਦੀ? ਮਿਲੀ ਨਹੀਂ ਕਿ ਕਰਾਇਆ ਨਹੀਂ? ਮੈਂ ਲੱਭ ਰਿਹਾ, ਜਦੋਂ ਮਿਲ ਗਈ ਤੈਨੂੰ ਸੱਦੂਗਾ। ਪਾਣੀ ਪੀਣਾ? ਚਾਹ ਕਿ ਕੌਫੀ? ਕੌਫੀ ਠੀਕ ਆ, ਮੈਂ ਕੌਫੀ ਲੈ ਕੇ ਆਇਆ। ਤੂੰ ਬੈਠ। ਐਡੀ ਕੀ ਦੁਸ਼ਮਣੀ ਹੈ ਮੇਰੇ ਨਾਲ ਜੋ ਤੂੰ ਗੱਲ ਨਹੀਂ ਕਰ ਸਕਦਾ? ਠੀਕ ਆ ਫਿਰ, ਜੇ ਨਹੀਂ ਗੱਲ ਕਰਨੀ ਤੇ ਮੈਂ ਵੀ ਜਾਣੀ ਹਾਂ। ਬਾਅਦ ਚ ਕਰਦੀ ਹਾਂ। ਇਹ ਤਾਂ ਹੋ ਨਹੀਂ ਸਕਦਾ ਵੀ ਤੇਰੀ ਲਾਈਫ ਚ ਇੰਨੇ ਸਾਲ ਤੋਂ ਕੋਈ ਕੁੜੀ ਨਹੀਂ ਆਈ। ਨਹੀਂ ਮਿਲੀ। ਮੇਰੇ ਤੋਂ ਗੁੱਸਾ ਹੈ ਕਿਸੇ ਗੱਲ ਦਾ? ਨਹੀਂ। ਰੁਕ ਜਾ, ਮੈਂ ਨਹੀਂ ਪੀਣੀ ਕੌਫੀ। ਮੈਂ ਵੇਟ ਕੀਤੀ ਸੀ ਰਾਜਵੀਰ, ਇੱਕ ਸਾਲ, ਇੱਕ ਇੱਕ ਦਿਨ ਐਬਸੈਂਟ ਐਬਸੈਂਟ ਐਬਸੈਂਟ। ਪਹਿਲੇ ਕਦੀ ਕੋਈ ਖਾਸ ਫਰਕ ਪਤਾ ਨਹੀਂ ਸੀ ਲੱਗਿਆ, ਸਕੂਲ 'ਚ ਬਾਕੀ ਕਲਾਸਮੇਟਸ 'ਚ ਅਤੇ ਤੇਰੇ 'ਚ। ਉਹ ਫਰਕ ਤੇਰੇ ਜਾਣ ਤੋਂ ਬਾਅਦ ਪਤਾ ਲੱਗਾ, ਫਿਰ ਕਾਲਜ 'ਚ ਸੀ ਜਦੋਂ ਪਤਾ ਲੱਗਾ। ਹੁਣ ਤਾਂ ਤੁਸੀਂ ਇਸ ਪਿੰਡ ਰਹਿੰਦੇ ਹੀ ਨਹੀਂ। ਫਿਰ ਕਾਲਜ ਮੁੱਕ ਗਿਆ, ਘਰਦਿਆਂ ਨੇ ਮੁੰਡਾ ਲੱਭਤਾ। ਵਧੀਆ ਆ, ਬਹੁਤ ਵਧੀਆ ਆ। ਗਵਾਚਾ ਤਾਂ ਲੱਭਿਆ ਨਹੀਂ, ਰੱਬ ਨੇ ਇੱਕ ਹੋਰ ਰਾਜਵੀਰ ਦੇਤਾ। ਸਾਲ ਦਾ ਹੋ ਗਿਆ ਹੁਣ, ਸਭ ਠੀਕ ਹੀ ਆ ਹੁਣ। ਫੋਟੋ ਹੋਏ ਹੋਏ, ਇਹ ਤਾਂ ਬਹੁਤ ਸੋਹਣਾ। ਮੈਂ ਤਾਂ ਇਹਦੇ ਅੱਗੇ ਕੁਛ ਵੀ ਨਹੀਂ। ਬਸ ਹੋ ਗਈ, ਦੁੱਧ ਪਾ ਕੇ ਲਿਆ। ਪਰ ਤੂੰ ਕਦੇ ਵੀ ਆਇਆ ਕਿਉਂ ਨਹੀਂ ਰਾਜਵੀਰ? ਮੈਂ ਆਪਣੀ ਜ਼ਿੰਦਗੀ 'ਚ ਜਿੰਨਾ ਵੀ ਅੱਗੇ ਚਲੀ ਗਈ, 10 ਸਾਲ ਹੋ ਗਏ, ਅੱਜ ਵੀ ਇਹ ਸਵਾਲ ਮੈਨੂੰ ਨੀਂਦ 'ਚੋਂ ਉਠਾ ਦਿੰਦਾ ਵੀ ਤੂੰ ਕਿਉਂ ਨਹੀਂ ਆਇਆ।
ਇੰਨਾ ਵੀ ਕੀ ਹੋ ਗਿਆ ਸੀ। ਪਾਪਾ ਦੀ ਡੈਥ ਤੋਂ ਬਾਅਦ ਮੈਨੂੰ ਨਾਨਕੇ ਲੈ ਗਏ ਰਾਜਸਥਾਨ। 6-7 ਮਹੀਨੇ ਤਾਂ ਸਮਝ ਹੀ ਨਹੀਂ ਆਈ ਕਿ ਮੇਰੇ ਨਾਲ ਹੋਇਆ ਕੀ। ਯਕੀਨ ਹੀ ਨਹੀਂ ਹੁੰਦਾ ਸੀ ਕਿ ਬਾਪੂ ਹੈ ਨਹੀਂ। ਲੈ ਦੇ ਕੇ ਇੱਕ ਤਾਂ ਜੀ ਸੀ ਮੇਰਾ। ਉਹ ਵੀ ਚਲਾ ਗਿਆ। ਉਸ ਤੋਂ ਬਾਅਦ ਬਸ ਤੂੰ ਬਚਦੀ ਸੀ। ਸੋਚਿਆ ਤੇਰੇ ਪੈਰੀ ਪੈਣਾ ਪਿਆ ਪੈ ਜਾਊਂ, ਪਰ ਤੈਨੂੰ ਮਨਾ ਲੂੰ। ਮੈਂ ਤੈਨੂੰ ਦੱਸੂ ਮੈਂ ਕਿੰਨਾ ਗੱਲਾ ਰਹਿ ਗਿਆ। ਰੌਣਕ ਮੈਂ ਆਇਆ ਸੀ 14 ਫਰਵਰੀ 2012 ਨੂੰ। ਗੱਲ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ, ਦੂਰੋਂ ਵੇਖ ਕੇ ਜੱਜ ਕਰ ਲਿਆ। ਮੇਰੇ ਕੋਲ ਤਾਂ ਹੋਰ ਰਾਹ ਹੀ ਨਹੀਂ ਸੀ। ਮੈਂ ਤਾਂ ਫੇਰ ਵੀ ਆਇਆ ਸੀ ਗੱਲ ਕਰਨ। ਤੇਰੇ ਵਿਆਹ 'ਤੇ ਵੀ ਆਇਆ ਸੀ। ਕਮਲ, ਸਤਿ ਸ਼੍ਰੀ ਅਕਾਲ ਅੰਕਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੂੰ ਕਿਹੜਾ ਇਕੱਲੀ ਨੇ ਘਰ ਛੱਡਣਾ ਇਹ? ਹੁਣ ਆਪਾਂ ਜਗਤੇ ਵਾਲੀ ਜ਼ਮੀਨ ਇਕੱਠੀ ਕਰ ਲਈ, ਅਸੀਂ ਵੀ ਤਾਂ ਪਿੰਡ ਛੱਡ ਉੱਧਰ ਜਾਵਾਂਗੇ। ਪਾਰਕ ਵੀ ਬਣਾਉਣਾ ਆਪਾਂ ਨਵੇਂ ਘਰ 'ਚ ਮੇਰਾ ਪੁੱਤ। ਉਦਾਸ ਨਾ ਹੋਈ, ਠੀਕ ਹੈ? ਖੁਸ਼ ਰਹਿ, ਖੁਸ਼ ਰਹਿ ਮੇਰਾ ਪੁੱਤ। ਉਹ ਮੁੰਡਾ ਉੱਥੇ ਵੀ ਸੀ। ਮੈਨੂੰ ਉਦਣ ਬਹੁਤ ਛੋਟਾ ਲੱਗਿਆ। ਮੈਂ ਖੁਸ਼ੀ ਤਾਂ ਤੇਰੀ ਕਿਸੇ ਦੀ ਸੀ, ਤੇਰਾ ਗਮ ਵੀ ਮੈਨੂੰ ਕਿਸੇ ਦਾ ਲੱਗਿਆ। ਮੈਂ ਤਾਂ ਕਿਤੇ ਵੀ ਨਹੀਂ ਸੀ। ਬਸ ਇਹ ਤਾਂ ਹੁਣ ਗਈ ਬਾਬੇ, ਅਗਲਾ ਨੰਬਰ ਆਪਣਾ। ਤੂੰ ਆਪਦੀ ਭਾਬੀ ਦੱਸ, ਉਹ ਸੰਤਰੀ ਚੁੰਨੀ ਵਾਲੀ ਘੈਂਟ ਆ ਕਿ ਨਹੀਂ? ਬਹੁਤ ਗੁੱਸਾ ਆਇਆ ਰੱਬ 'ਤੇ ਅਤੇ ਆਪਣੇ ਲੇਖਾਂ 'ਤੇ, ਉਸ ਮੁੰਡੇ 'ਤੇ ਅਤੇ ਸਭ ਤੋਂ ਵੱਧ ਤੇਰੇ 'ਤੇ। ਤੂੰ ਬਹੁਤ ਗਲਤ ਮੁੰਡੇ 'ਤੇ ਭਰੋਸਾ ਕੀਤਾ। ਮੇਰਾ ਉਸ ਮੁੰਡੇ ਨਾਲ ਕੁਝ ਵੀ ਨਹੀਂ ਸੀ।
प्रगट साबी नू पसंद करता सी, ओदा बॉयफ्रेंड सी। करके मेरे ब्याह विच भी ओदे बारे पुछता सी।